الحمد ਸਨਾ ਇਲਾਹੀ ਤੇ ਓ ਮਾਲਿਕ ਹਰ ਹਰ ਦਾ ਉਸ ਦਾ ਨਾਮ ਚਿਤਾਰਨ ਵਾਲਾ ਤੇ ਉਹ ਕਿਸੇ ਮੈਦਾਨ ਨਹੀਂ ਹਰਦਾ ਜੇ ਮੈਂ ਵੇਖਾਂ ਅਮਲਾ ਵੱਲੇ ਤੇ ਕੁਝ ਨਹੀਂ ਮੇਰੇ ਪੱਲੇ ਹਾਏ ਜੇ ਵੇਖਾਂ ਤੇਰੀ ਰਹਿਮਤ ਵੱਲੇ ਸਾਈਆਂ ਬੱਲੇ 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 ਤੇ ਸਾਈਆਂ ਬੱਲੇ ਬੱਲੇ ਬੱਲੇ। ਵਾਹ ਜੀ ਵਾਹ। ਜਦੋਂ ਇਸ ਤਰ੍ਹਾਂ ਦੀ ਗਾਇਕੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸੁਣਨ ਨੂੰ ਮਿਲਦੀ ਹੈ ਤਾਂ ਅੱਜ ਕੱਲ੍ਹ ਦੇ ਸਿੰਗਰਾਂ ਬਾਰੇ ਇਹੀ ਕਿਹਾ ਜਾ ਸਕਦਾ ਜਿਹੜੇ ਨਵੇਂ ਜੇ ਆਏ ਆ ਇਸ ਤਰ੍ਹਾਂ ਦੀ ਸੋਚ ਵਾਲੇ ਨਹੀਂ ਵੀ ਪੰਜਾਬੀ ਇਹ ਜ਼ੁਬਾਨੇ ਮੇਰੇ ਦੇਸ਼ ਦੀ ਹੈ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਮੀਡੀਆਂ ਖਿਲਾਰੀ ਫਿਲੇ ਬੁੱਲੇ ਦੀ ਇਹ ਕਾਫੀਏ ਨਹੀਂ ਕਿਹਦੇ ਤੇਰਾ ਲਾ ਲਿਆ ਸ਼ਿੰਗਾਰ। ਗੁਰਦਾਸ ਮਾਨ ਹੋਣਾ ਦੀ ਗਾਇਕੀ ਦਾ ਭੁਲੇਖਾ ਪਾਉਂਦਾ ਅੱਜ ਦਾ ਸਾਡਾ ਰੂਬਰੂ ਦਾ ਸਟਾਰ ਹੈ ਬਾਈ ਬੱਬੂ ਗੁਰਪਾਲ। ਬੱਬੂ ਬਾਈ ਸਵਾਗਤ ਹੈ ਸਾਡੇ ਪ੍ਰੋਗਰਾਮ ਰੂਬਰੂ ਦੇ ਵਿੱਚ ਤੁਹਾਡਾ। ਗਿਲਬਰਤੀਪ ਸਾਹਿਬ ਬਹੁਤ ਬਹੁਤ ਮਿਹਰਬਾਨੀ ਔਰ ਤੁਹਾਡਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੇ ਰੂਬਰੂ ਪ੍ਰੋਗਰਾਮ ਦੇ ਗਲੋਬਲ ਪੰਜਾਬ ਦੇ ਜਿੰਨੇ ਵੀ ਸਮੂਹ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਸਭ ਦੇ ਮੈਨੂੰ ਰੂਬਰੂ ਕਰਾ ਰਹੇ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਕਰ ਰਹੇ ਹੋ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਥੈਂਕ ਯੂ ਬੱਬੂ ਭਾਅ ਜੀ। ਤੁਸੀਂ ਬੇਕਰਸਫੀਲਡ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੋ ਨਾ ਜੀ? ਪੰਜਾਬ ਤੋਂ ਬੇਕਰਸਫੀਲਡ ਤੱਕ ਦਾ ਅਮਰੀਕਾ ਤੱਕ ਦਾ ਸਫ਼ਰ ਆ ਜਿਹੜਾ ਕਦੋਂ ਪੈਂਡਾ ਇਹ ਤੈਅ ਕੀਤਾ ਅਤੇ ਉਸ ਤੋਂ ਜਿਹੜਾ ਗਾਇਕੀ ਦਾ ਕੀੜਾ ਜਿਹੜਾ ਆਪਾਂ ਪੰਜਾਬੀਆਂ ਦੇ ਵਿੱਚ ਹੁੰਦਾ ਜਿਹੜਾ ਖਾਸ ਤੌਰ 'ਤੇ ਉਹਦੇ ਬਾਰੇ ਜੇ ਗੱਲ ਕਰੀਏ ਉਹ ਪੰਜਾਬ ਤੋਂ ਸੀ ਕਿ ਇੱਥੇ ਆ ਕੇ ਕੀੜਾ ਪੈਦਾ ਹੋਇਆ? ਨਹੀਂ ਜੀ, ਇਹ ਕੀੜਾ ਨਹੀਂ ਮੈਂ ਕਹਿ ਸਕਦਾ, ਇਹ ਗੋਡ ਗਿਫਟ ਮਹਾਰਾਜ ਦੀ ਕਿਰਪਾ ਹੁੰਦੀ ਹੈ ਜਦੋਂ ਔਰ ਇਹ ਬੜੀ ਵੱਡੀ ਬਖਸ਼ਿਸ਼ ਇਹ ਸ਼ੁਰੂ ਤੋਂ ਬਚਪਨ ਤੋਂ ਮੇਰੇ ਅੰਦਰ ਚੱਲਦੀ ਸੀ ਚੀਜ਼ ਅਤੇ ਹੌਲੀ 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 ਸਮਾਂ ਪਾ ਕੇ ਇੱਥੇ ਜਦੋਂ ਆ ਗਏ ਉਸ ਤੋਂ ਬਾਅਦ ਥੋੜ੍ਹਾ ਜਿਹਾ ਸਟੈਬਲਿਸ਼ ਹੋਏ ਅਤੇ ਫਿਰ ਸਾਨੂੰ ਥੋੜ੍ਹਾ ਮੌਕਾ ਮਿਲਿਆ ਫਾਈਨੈਂਸ਼ਲੀ ਵੀ ਇਸ ਨੂੰ ਅੱਗੇ ਲਿਆਉਣ ਦਾ ਅਤੇ ਉਸ ਤੋਂ ਬਾਅਦ ਫਿਰ ਸ਼ੁਰੂ ਹੋਇਆ ਇੱਥੇ ਸ਼ੁਰੂ ਕੀਤਾ ਜੀ ਜੀ ਜੀ। ਕਲਾਕਾਰ ਦੇ ਇੱਕ ਸ਼ੌਂਕ ਹੁੰਦਾ ਹੈ ਗਾਇਕੀ ਦਾ, ਉਹਨੂੰ ਮਨ ਦੇ ਵਿੱਚ ਹੁੰਦਾ ਚਾਅ ਹੁੰਦਾ ਗਾਇਕੀ ਦਾ ਵੀ ਮੈਂ ਕੋਈ ਟੇਪ ਕੱਢਣੀ ਆ ਜਾਂ ਮੈਂ ਇੱਕ ਸਟੇਜਾਂ 'ਤੇ ਪ੍ਰੋਗਰਾਮ ਕਰਨੇ, ਹੈ ਨਾ? ਪ੍ਰੋਫੈਸ਼ਨਲੀ ਤੌਰ 'ਤੇ ਇਸ ਲਾਈਨ ਦੇ ਵਿੱਚ ਕਦੋਂ ਆਏ ਅਤੇ ਪਹਿਲੀ ਟੇਪ ਦਾ ਸਬੱਬ ਕਿੱਦਾਂ ਬਣਿਆ? ਮੈਂ ਦਰਅਸਲ ਪ੍ਰੋਫੈਸ਼ਨਲੀ 2006 ਦੇ ਵਿੱਚ ਪਹਿਲੀ ਐਲਬਮ ਅਸੀਂ ਕੀਤੀ ਯਾਦਾਂ ਦੇਸ਼ ਪੰਜਾਬ ਦੀਆਂ, ਮੱਖਣ ਬਰਾੜ ਜੀ ਦਾ ਗੀਤ ਸੀਗਾ ਯਾਦਾਂ ਦੇਸ਼ ਪੰਜਾਬ ਦੀ, ਜਿਹਦੇ ਕਰਕੇ ਮੇਰੀ ਬੇਸਿਕਲੀ ਪਹਿਚਾਣ ਬੱਬੂ ਗੁਰਪਾਲ ਬਣੀ। ਉਸ ਤੋਂ ਪਹਿਲਾਂ ਵੀ ਮੈਂ ਪ੍ਰੋਗਰਾਮ ਕਰਦਾ ਸੀਗਾ ਸਟੇਜਾਂ 'ਤੇ, ਇੱਥੇ ਮੈਂ 1994 'ਚ ਆਇਆ ਸੀ ਅਤੇ ਸਟੇਜ ਪ੍ਰੋਗਰਾਮ ਕਰੀਦੇ ਸੀ, ਪਰ ਉਸ ਤੋਂ ਬਾਅਦ ਫਿਰ ਜਦੋਂ ਤੁਹਾਡਾ ਨਾਂ ਸਥਾਪਿਤ ਹੋ ਜਾਂਦਾ ਫਿਰ ਤੁਹਾਡਾ ਥੋੜ੍ਹਾ ਜਿਹਾ ਰੰਗ ਹੋਰ ਹੋ ਜਾਂਦਾ, ਸੋ ਉਸ ਤੋਂ ਬਾਅਦ ਇਹ ਸ਼ੁਰੂ ਹੋਇਆ ਜੀ। ਆਪਣੇ ਪ੍ਰਦੇਸ਼ਾਂ ਵਿੱਚ ਜਿੰਨੇ ਵੀ ਸਿੰਗਰ ਆ ਜੇ ਉਹਨਾਂ ਦੀ ਗੱਲ ਕਰੀਏ, ਕਈ ਸਿੰਗਰ ਆ ਜਿਹੜੇ ਹੁਣ ਇੱਥੇ ਐਸਟੈਬਲਿਸ਼ ਹੋ ਚੁੱਕੇ ਨੇ, ਕੈਨੇਡਾ ਦੇ ਵਿੱਚ ਬਹੁਤ ਸਿੰਗਰ ਰਹਿ ਰਹੇ ਨੇ, ਹੈ ਨਾ? ਅਮੈਰੀਕਾ ਦੇ ਵਿੱਚ ਬੜੇ ਸਿੰਗਰ ਨੇ, ਹੈ ਨਾ? ਅਮੈਰੀਕਾ ਦੀ ਗੱਲ ਕਰੀਏ ਬਾਈ ਬਲਜੀਤ ਮਾਲਵਾ ਔਰ ਤੁਹਾਡੇ ਕੈਲੀਫੋਰਨੀਆ ਦੇ ਵਿੱਚ ਬਹੁਤ ਸਿੰਗਰ ਨੇ। ਜੀ ਜੀ ਜੀ। ਸਿੰਗਰ ਨੂੰ ਇੱਥੋਂ ਦੀ ਜ਼ਿੰਦਗੀ ਆ ਜਿਹੜੀ, ਹੈ ਨਾ, ਨਾਲ ਨਾਲ ਆਪਣਾ ਘਰ ਵੀ ਬਾਰ ਵੀ ਚਲਾਉਣਾ ਹੁੰਦਾ, ਨਾਲ ਬਿਜ਼ਨਸ ਆ ਜਿਹੜਾ ਉਹ ਵੀ ਐਸਟੈਬਲਿਸ਼ ਕਰਨਾ ਹੁੰਦਾ ਅਤੇ ਨਾਲ ਨਾਲ ਗਾਇਕੀ ਆ, ਹੈ ਨਾ? ਹਾਂਜੀ ਹਾਂਜੀ। ਇੱਥੋਂ ਦੇ ਸਿੰਗਰ ਦੀ ਪ੍ਰੋਬਲਮਸ ਅਤੇ ਪੰਜਾਬ ਦੇ ਸਿੰਗਰ ਦੀ ਪ੍ਰੋਬਲਮ ਦੇ ਵਿੱਚ ਤੁਹਾਨੂੰ ਕੀ ਫਰਕ? ਮਿਹਨਤ ਹਰ ਥਾਂ 'ਤੇ ਕਰਨੀ ਪੈਂਦੀ ਹੈ ਜੀ, ਬੇਸ਼ੱਕ ਉਹ ਇੱਥੇ ਇਸ ਲਾਈਨ ਦੇ ਵਿੱਚ ਅਗਰ ਤੁਸੀਂ ਇਹਨੂੰ ਜਾਰੀ ਰੱਖਣਾ, ਇੱਥੇ ਸਟਰਗਲ ਥੋੜ੍ਹੀ ਜਿਹੀ ਜ਼ਿਆਦਾ ਹੈ ਕਿਉਂਕਿ ਇੱਥੇ ਸੋਰਸਿਸ ਇਸ ਲਾਈਨ ਵਾਸਤੇ ਘੱਟ ਨੇ, ਕਿਉਂਕਿ ਇੱਥੇ ਸਾਰੇ ਪ੍ਰੋਗਰਾਮ ਉਸ ਲੈਵਲ 'ਤੇ ਨਹੀਂ ਹੁੰਦੇ। ਪੰਜਾਬ ਦੇ ਵਿੱਚ ਇਹ ਹੈ ਵੀ ਹੁਣ ਜਿਹੜੇ ਹਿਸਾਬ ਨਾਲ ਕੰਮ ਚੱਲ ਰਿਹਾ ਉੱਥੇ, ਹੁਣ ਸਿੰਗਰ ਬਹੁਤ ਜ਼ਿਆਦਾ ਨੇ, ਹੁਣ ਉੱਥੇ ਵੀ ਕੰਮ ਘੱਟ ਹੈ ਅਤੇ ਹੁਣ ਚੰਗਿਆਂ ਦਾ ਕੰਮ ਚੱਲਦਾ ਉੱਥੇ ਵੀ ਜਿਹਨਾਂ ਦਾ ਅੱਜ ਕੱਲ੍ਹ ਨਾਂ ਚੱਲਦਾ, ਬਾਕੀ ਜਿਹੜੇ ਜਿਹੜੇ ਪਿੱਛੇ ਨੇ ਉਹ ਕਾਫੀ ਪਿੱਛੇ ਨੇ, ਸੋ ਗੈਪ ਉੱਥੇ ਹੀ ਬਹੁਤ ਵੱਡਾ। ਇੱਥੇ ਥੋੜ੍ਹਾ ਜਿਹਾ ਚੰਗਾ ਇਸ ਕਰਕੇ ਹੈ ਕਿ ਸਿੰਗਰ ਦੀ ਆਪਣੀ ਸਾਈਡ 'ਤੇ ਜੋਬ ਹੈਗੀ, ਉਹਦਾ ਪਰਿਵਾਰ ਦਾ ਕੰਮ ਜਿਹੜਾ ਚੱਲਦਾ, ਸਾਰੇ ਸਾਰੇ ਮਿਹਨਤ ਕਰਦੇ ਨੇ ਇੱਥੇ ਜੀ। ਸੋ ਕਹਿਣ ਦਾ ਭਾਵ ਆ ਵੀ ਇੱਥੇ ਜਿਹੜਾ ਸਿੰਗਰ ਉਹ ਇਹ ਸਿੰਗਿੰਗ ਵਾਲੇ ਕਿੱਤੇ 'ਤੇ ਡਿਪੈਂਡ ਨਹੀਂਗਾ, ਨਾਲ ਦੀ ਨਾਲ ਆਪਣਾ ਇਨਕਮ ਦਾ ਸੋਰਸ ਆ ਜਿਹੜਾ ਹੋਰ ਬਣਾਉਂਦਾ ਅਤੇ ਪੰਜਾਬ ਦੇ ਜਿਹੜੇ ਸਿੰਗਰ ਆ ਮੋਸਟਲੀ ਆ ਜਿਹੜੇ ਉਹ ਮੋਸਟਲੀ ਇਹਦੇ 'ਤੇ ਡਿਪੈਂਡ ਕਰਦੇ ਆ। ਚਲੋ ਆਪਾਂ ਗੱਲਾਂ ਬਾਤਾਂ ਦੇ ਨਾਲ ਨਾਲ ਮਾਹੌਲ ਨੂੰ ਥੋੜ੍ਹਾ ਜਿਹਾ ਸੰਗੀਤਮਈ ਫਿਰ ਬਣਾਈਏ, ਜਿੱਦਾਂ ਤੁਸੀਂ ਪਹਿਲਾਂ ਇੱਕ ਹਨਾ ਬਹੁਤ ਵਧੀਆ ਕਲਾਮ ਆ ਜਿਹੜਾ ਪੇਸ਼ ਕੀਤਾ, ਪਰ ਹੁਣ ਮੈਂ ਗੱਲ ਕਰਨੀ ਚਾਹੁੰਦਾ ਜਿਹੜਾ ਤੁਹਾਡਾ ਨਵਾਂ ਟਰੈਕ ਆਇਆ ਦੀਦ ਬਾਰੇ ਜੀ। ਇੱਕ ਤਾਂ ਉਹ ਸਾਨੂੰ ਗੁਣਗੁਣਾ ਕੇ ਥੋੜ੍ਹਾ ਜਿਹਾ ਸੁਣਾਓ ਅਤੇ ਨਾਲ ਹੀ ਉਹਦੇ ਬਾਰੇ ਦੱਸੋ ਵੀ ਕਿਸ ਤਰ੍ਹਾਂ ਦਾ ਮਿਊਜ਼ਿਕ ਆ, ਲਿਖਿਆ ਕਿੰਨਾ ਨੇ ਅਤੇ ਵੀਡੀਓ ਕਿਸ ਤਰ੍ਹਾਂ ਕਿੱਥੇ ਕਿੱਥੇ ਫਿਲਮਾਈ ਆ, ਕਿਹਨੇ ਫਿਲਮਾਈ ਆ? ਹਾਂਜੀ ਹਾਂਜੀ ਹਾਂਜੀ, ਇਹ ਗੀਤ ਸਾਡਾ ਹੁਣੇ ਹੀ ਰਿਲੀਜ਼ ਕੀਤਾ ਸੀ ਅਤੇ ਰਾਜ ਰਣਜੋਤ ਬਾਈ ਆਪਣਾ ਕੈਨੇਡਾ ਤੋਂ ਉਹਨਾਂ ਨੇ ਲਿਖਿਆ ਗਾਣਾ। ਵੇਖਾਂ ਤੋਂ ਮਾਰਦਾ ਏ ਤਾਨੇ ਪਾ ਦੇ ਆਸ਼ਿਕਾਂ ਨੂੰ ਖੈਰ,
ਐਵੇਂ ਟਾਈਨਾ ਵੇ ਸਾਡੀਆਂ ਮੁਹੱਬਤਾਂ ਦਾ ਸ਼ਹਿਰ ਹੋ ਸਰੂਗਾ ਵੇ ਤੇਰਾ ਕਿਵੇਂ ਸਾਡੇ ਤੋਂ ਬਗੈਰ ਯੂ ਆਰ ਮਾਈ ਨੀਡ ਹੋ ਜੇ ਤੇਰੀ ਦੀਦ ਲਾ ਕੇ ਤੈਨੂੰ ਗਲ ਨਾਲ ਦੱਸਣਾ ਵੇ ਤੂੰ ਸਹਾਰਾ ਨਹੀਂ ਓ ਗੁਜ਼ਾਰਾ ਜਾਨ ਤੋਂ ਪਿਆਰਿਆ ਸੱਜਣਾ ਵੇ ਕਿਆ ਬਾਤ ਹੈ। ਜਦੋਂ ਵੀ ਬੱਬੂ ਗੁਰਪਾਲ ਦਾ ਨਾਂ ਆਉਂਦਾ ਤਾਂ ਤੁਹਾਡਾ ਨਾਮ ਜਿਹੜਾ ਮਾਨ ਸਾਹਿਬ ਦੇ ਨਾਲ ਜੋੜਿਆ ਜਾਂਦਾ, ਮਾਨ ਸਾਹਿਬ ਦੇ ਨਾਲ ਸਾਂਝ ਤੁਹਾਡੀ ਕਦੋਂ ਕਦੀ ਪਈ ਹੈ, ਕਿੱਦਾਂ ਦੀ ਹੈ ਅਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਸੋਚ ਨੂੰ ਅਪਣਾਉਂਦੇ ਹੋ? ਇਹ ਕੋਈ ਪਿਛਲੇ ਜਨਮ ਦਾ ਤੁਸੀਂ ਮੈਂ ਕਹਿ ਸਕਦਾ ਇਹਨੂੰ, ਕਿਉਂਕਿ ਮੈਨੂੰ ਕਾਫੀ ਸਾਲ ਹੋ ਗਏ ਨੇ ਇਸ ਲਾਈਨ ਦੇ ਵਿੱਚ ਵੀ, ਔਰ ਮਾਨ ਸਾਹਿਬ ਮੇਰੇ ਪੀਰੋ ਮੁਰਸ਼ਦ ਨੇ। ਇਹ ਪੁਰਾਣੇ ਜਨਮ ਦਾ ਕੋਈ ਰੂਹਾਂ ਦਾ ਮੇਲ ਹੁੰਦਾ ਜਿਹੜਾ ਮੇਰਾ ਮੰਨਣਾ। ਸੋ ਉਹਦੇ ਕਰਕੇ ਹੌਲੀ 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 ਮੈਨੂੰ ਆਪ ਵੀ ਨਹੀਂ ਪਤਾ ਹੁਣ ਵੀ ਕਿਸ ਤਰ੍ਹਾਂ ਹੌਲੀ ਹੌਲੀ ਤਾਣੇ ਚੱਲਦੇ ਰਹੇ ਅਤੇ ਮੇਲ ਮਿਲਾਪ ਹੋ ਗਿਆ, ਅਤੇ ਹੁਣ ਕੋਈ ਉਹਦੇ ਵਿੱਚ ਓਲਾ ਹੀ ਨਹੀਂ ਰਿਹਾ। ਨਹੀਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਐਡੇ ਵੱਡੇ ਮਹਾਨ ਹਸਤੀ ਦੇ ਨਾਲ ਸਾਡਾ ਕਿਤੇ ਨਾਂ ਵੀ ਜੁੜੇਗਾ। ਪਹਿਲੀ ਮੁਲਾਕਾਤ ਕਦੋਂ ਹੋਈ ਸੀ ਉਹਦੇ ਨਾਲ? ਪਹਿਲੀ ਮੁਲਾਕਾਤ ਮੇਰੀ 1980 ਦੇ ਨੇੜੇ ਤੇੜੇ ਮੈਨੂੰ ਯਾਦ ਹੈ। ਉਦੋਂ ਪਟਿਆਲੇ ਦੇ ਵਿੱਚ ਸਾਡੇ ਮਾਮਾ ਜੀ ਦਾ ਵਿਆਹ ਸੀ ਅਤੇ ਉੱਥੇ ਮਾਨ ਸਾਹਿਬ ਆਏ ਸੀ ਪ੍ਰੋਗਰਾਮ ਕਰਨ ਲਈ। ਮਾਨ ਸਾਹਿਬ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਹੈ। ਸੋ ਉਦੋਂ ਅਸੀਂ ਛੋਟੇ ਹੀ ਹੁੰਦੇ ਸੀ, ਉਹ ਬੱਚਿਆਂ ਦੇ ਵਿੱਚ ਜਿਵੇਂ ਬੱਚਾ ਕੋਈ ਅੱਜ ਦਾ ਗੀਤ ਸੁਣ ਲੈਂਦਾ, ਛੋਟਾ ਬੱਚਾ ਉਹਦੇ 'ਚ ਉਹ ਚੱਲਦਾ ਰਹਿੰਦਾ ਗਾਣਾ ਅਤੇ ਉਹਦੇ 'ਤੇ ਭੰਗੜਾ ਵੀ ਪਾਉਂਦਾ। ਸੋ ਉਹ ਚੀਜ਼ ਮੇਰੇ ਅੰਦਰ ਉਦੋਂ ਸ਼ੁਰੂ ਹੋਈ। ਉਸ ਤੋਂ ਬਾਅਦ ਹੌਲੀ ਹੌਲੀ ਉਹਨੇ ਇੱਕ ਵੱਡਾ ਰੂਪ ਅਖਤਿਆਰ ਕਰ ਲਿਆ ਅਤੇ ਬਸ ਇਸ ਤਰ੍ਹਾਂ ਸੱਚੇ ਦਿਲੋਂ ਤੁਸੀਂ ਕਿਸੇ ਨੂੰ ਧਿਆਉਂਦੇ ਹੋ, ਤੁਸੀਂ ਗੁਰਬਾਣੀ ਪੜ੍ਹਦੇ ਹੋ ਅਤੇ ਇਹ ਸਹੀ ਗੱਲ ਹੈ ਵੀ ਤੁਹਾਨੂੰ ਮਿਲਦੀ ਹੈ ਉਹ ਚੀਜ਼, ਮੇਰਾ ਅਜ਼ਮਾਏ ਹੋਏ ਚੀਜ਼ ਜੀ। ਤੁਹਾਡੇ ਸਾਰੇ ਗੀਤਾਂ ਦੀ ਆਪਾਂ ਨਾਲ ਦੀ ਨਾਲ ਗੱਲ ਕਰ ਰਹੇ ਹਾਂ, ਪਰ ਇੱਕ ਗੀਤ ਜਿਹੜਾ ਤੁਹਾਡਾ ਮੈਂ ਬੋਲੀ ਪੰਜਾਬ ਦੀ ਜੀ ਜੀ, ਕਿਉਂਕਿ ਉਸ ਗੀਤ ਦੇ ਵਿੱਚ ਝਲਕਦਾ ਹੈ ਵੀ ਗੁਰਦਾਸ ਮਾਨ ਹੁਣੀ ਜਿਸ ਤਰ੍ਹਾਂ ਦੀ ਸੋਚ ਸੋਚਦੇ ਉਸੇ ਤਰ੍ਹਾਂ ਦਾ ਤੁਸੀਂ ਗਾਇਆ, ਉਹਨਾਂ ਦੀ ਸੋਚ ਲੱਗਦੀ ਉਸ ਗੀਤ ਦੇ ਵਿੱਚ, ਹੈ ਨਾ? ਕਿਉਂਕਿ ਉਹਨਾਂ ਦਾ ਵੀ ਇਸ ਤਰ੍ਹਾਂ ਦੇ ਕਈ ਗੀਤ ਆ ਜਿਹੜੇ ਆ ਚੁੱਕੇ, ਹੈ ਨਾ, ਟੰਗੇ ਰਹਿੰਦੇ ਕਿੱਲੀਆਂ ਨਾ ਪਰਾਂਦੇ ਜਾਂ ਯਾਰ ਪੰਜਾਬੀ ਹੈ ਜਾਂ ਉਸ ਤਰ੍ਹਾਂ ਦਾ ਇੱਕ ਗੀਤ ਉਹਨਾਂ ਦਾ ਆਇਆ ਸੀਗਾ ਵਸਦੀ ਉਜੜ ਗਈ ਮੈਂ ਧਰਤੀ ਪੰਜਾਬੀ, ਹੈ ਨਾ? ਉਹ ਗੀਤ ਦੀਆਂ ਦੋ ਲਾਈਨਾਂ ਸੁਣਾਓ ਅਤੇ ਉਹ ਗੀਤ ਦੀ ਸਿਰਜਣਾ ਕਿੱਦਾਂ ਹੋਈ, ਕਿਉਂਕਿ ਅਜੋਕੇ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੇ ਗੀਤ ਜ਼ਿਆਦਾ ਸਟੈਂਡ ਨਹੀਂ ਕਰਦੇ, ਕਿਉਂਕਿ ਇੱਕ ਇਹ ਵੀ ਇੱਕ ਜੋਖਮ ਹੁੰਦਾ ਇਸ ਤਰ੍ਹਾਂ ਦਾ ਗੀਤ ਮਾਰਕੀਟ ਦੇ ਵਿੱਚ ਲੈ ਕੇ ਆਉਣਾ। ਤੁਹਾਡਾ ਕਿੱਦਾਂ ਉਹ ਸਬੱਬ ਬਣਿਆ ਸੀ ਗੀਤ ਦਾ? ਉਹ ਗੀਤ ਮੱਖਣ ਬਰਾੜ ਜੀ ਆਏ ਹੋਏ ਸੀ ਕੈਲੀਫੋਰਨੀਆ, ਉੱਥੇ ਰਾਜ ਬਰਾੜ ਜੀ ਮੇਲਾ ਕਰਦੇ ਨੇ ਲਾਲ ਚੰਦ ਯਮਲਾ ਜੀ ਦਾ, ਅਤੇ ਉੱਥੇ ਮੈਂ ਗਿਆ ਹੋਇਆ ਸੀ, ਉਹਨਾਂ ਨੇ ਗੀਤ ਬੋਲ ਕੇ ਉੱਥੇ ਸੁਣਾਇਆ ਸਟੇਜ ਦੇ ਉੱਤੇ ਜੀ। ਮੈਂ ਵੈਸੇ ਆਪਣੀ ਹਾਜ਼ਰੀ ਲਾਉਣ ਗਿਆ ਸੀ ਉੱਥੇ ਅਤੇ ਉਹ ਮੈਨੂੰ ਬੜਾ ਚੰਗਾ ਲੱਗਿਆ। ਮੈਂ ਹੌਲੀ 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 ਕਰਕੇ ਉਹਨਾਂ ਤੋਂ ਉਹ ਗੀਤ ਲਿਖਵਾ ਲਿਆ। ਉਹਨਾਂ ਨੇ ਮੈਨੂੰ ਕਿਹਾ ਸੀ ਵੀ ਇਹਨੂੰ ਯਾਰ ਗਾਉਣਾ ਨਹੀਂ ਕਿਸੇ ਨੇ, ਵੀ ਤੂੰ ਲੈ ਤਾਂ ਲੈ, ਵੀ ਗਾਉਣਾ ਤੁਹਾਡੇ ਲਈ ਬਹੁਤ ਔਖਾ, ਕਿਉਂਕਿ ਇਸ ਲਾਈਨ 'ਚ ਕਮਰਸ਼ੀਅਲ ਗੀਤ ਨਹੀਂ ਹੈਗਾ। ਪਰ ਉਹ 3-4 ਸਾਲ ਫਿਰ ਮੇਰੇ ਕੋਲ ਗੀਤ ਰਿਹਾ, ਮੈਂ ਸਟੇਜਾਂ 'ਤੇ ਹੌਲੀ 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 ਉਹਨੂੰ ਸੁਣਾਉਣਾ ਵੀ ਸ਼ੁਰੂ ਕੀਤਾ ਲਾਈਵ ਸਿੰਗਿੰਗ ਦੇ ਵਿੱਚ, ਅਤੇ ਫਿਰ ਉਹ ਜਿਵੇਂ ਤੁਹਾਡੇ ਅੰਦਰ ਵਸ ਜਾਂਦੀਆਂ ਨੇ ਚੀਜ਼ਾਂ। ਐਸਾ ਨਹੀਂ ਸੀ ਕਿ ਇੰਡਸਟਰੀ ਦੇ ਵਿੱਚ ਜਿਹੜਾ ਹੁਣ ਕਾਂਡ ਚੱਲ ਰਿਹਾ ਉਹਦੇ ਕਰਕੇ ਗੀਤ ਨੂੰ ਬਣਾਇਆ ਗਿਆ ਸੀ, ਉਹ ਮੈਨੂੰ ਲੱਗਦਾ ਸੀ ਵੀ ਉਹ ਬੜਾ ਜ਼ਰੂਰੀ ਹੈ, ਬੇਸ਼ੱਕ ਕੋਈ ਵੀ ਸਮਾਂ ਹੋਵੇ ਉਹਦੇ ਵਿੱਚ ਇੱਦਾਂ ਦੇ ਗੀਤ ਜਿਹੜੇ ਨੇ ਆਉਣੇ ਬਹੁਤ ਜ਼ਰੂਰੀ ਨੇ। ਸੋ ਇਸ ਕਰਕੇ ਉਹ ਗੀਤ ਦੀਆਂ ਲਾਈਨਾਂ ਨੇ, ਮੈਂ ਬੋਲੀ ਪੰਜਾਬ ਦੀ ਵੇ, ਮੈਂ ਬੋਲੀ ਪੰਜਾਬ ਦੀ ਵੇ, ਮੈਂ ਸਭ ਦੀ ਹੀਰੋ ਵੇ, ਮੈਨੂੰ ਨੰਗਿਆ ਨਾ ਕਰੋ ਵੇ ਮੇਰੇ ਗਾਇਕ ਵੀਰੋ, ਵੇ ਮੈਂ ਬੋਲੀ ਪੰਜਾਬ ਦੀ ਵੇ, ਮੈਂ ਸਭ ਦੀ ਹੀਰੋ ਵੇ, ਮੈਨੂੰ ਨੰਗਿਆ ਨਾ ਕਰੋ ਵੇ ਮੇਰੇ ਲੇਖਕ ਵੀਰੋ, ਵੇ ਮੈਂ ਬੋਲੀ ਪੰਜਾਬ ਦੀ ਹਾਏ। ਮੋਹਨ ਸਿੰਘ ਪ੍ਰੋਫੈਸਰ ਨੇ ਵੇ ਮੈਨੂੰ ਪਿਆਰ ਸੀ ਕਰਿਆ ਅਤੇ ਸ਼ਿਵ ਨੇ ਆਪਣੀ ਕਲਮ ਨਾਲ ਮੇਰਾ ਜੋਬਨ ਭਰਿਆ, ਹੁਣ ਕਈਆਂ ਨੇ ਉੱਠ ਕੇ ਵੇ ਹੁਣ ਕਈਆਂ ਨੇ ਉੱਠ ਕੇ ਮੈਨੂੰ ਕਰਤਾ ਜ਼ੀਰੋ, ਵੇ ਮੈਨੂੰ ਨੰਗਿਆ ਨਾ ਕਰੋ ਵੇ ਮੇਰੇ ਗਾਇਕ ਵੀਰੋ, ਵੇ ਮੈਂ ਬੋਲੀ ਪੰਜਾਬ ਦੀ। ਕਿਆ ਬਾਤ ਹੈ, ਲੋੜ ਹੈ ਅੱਜ ਦੇ ਸਮੇਂ ਦੇ ਵਿੱਚ
ਇਸ ਤਰ੍ਹਾਂ ਦੇ ਗੀਤਾਂ ਦੀ ਸਿਰਜਣਾ ਹੋਣੀ ਤਾਂ ਕਿ ਜੋ ਅੱਜ ਗੰਧਲਾਪਣ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬੀ ਗਾਇਕੀ ਦੇ ਵਿੱਚ ਆਇਆ ਹੋਇਆ ਉਹਨੂੰ ਕਿਤੇ ਨਾ ਕਿਤੇ ਠੱਲ ਪਾਈ ਜਾ ਸਕੇ ਜੀ। ਉਹਨੂੰ ਸੇਧ ਮਿਲਦੀ ਜਾਂ ਨਹੀਂ ਮਿਲਦੀ ਉਹ ਬਾਅਦ ਦੀ ਗੱਲ ਹੈ, ਪਰ ਆਰਟਿਸਟ ਨੂੰ ਘੱਟੋ ਘੱਟ ਇੱਦਾਂ ਦੇ ਗੀਤ ਕਰਨੇ ਚਾਹੀਦੇ ਬਿਲਕੁਲ। ਸੋ ਤੁਹਾਡੇ ਨਾਲ ਗੱਲਬਾਤ ਇਸੇ ਤਰ੍ਹਾਂ ਸਾਡੀ ਰਹੂਗੀ ਜਾਰੀ, ਹੁਣ ਸਮਾਂ ਇੱਕ ਬ੍ਰੇਕ ਦਾ ਹੋ ਗਿਆ। ਸੋ ਦਰਸ਼ਕੋ ਸਾਡੀ ਗੱਲਬਾਤ ਹੋ ਰਹੀ ਹੈ, ਬਹੁਤ ਵਧੀਆ ਗੱਲਬਾਤ ਹੋ ਰਹੀ ਹੈ, ਚੰਗੀ ਅਤੇ ਸੁਚੱਜੀ ਗੱਲਬਾਤ ਹੋ ਰਹੀ ਹੈ। ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਵਾਲੇ ਸਿੰਗਰ ਬੜੇ ਘੱਟ ਨੇ, ਲੋੜ ਹੈ ਇਸ ਤਰ੍ਹਾਂ ਦੀ ਸੋਚ ਨੂੰ ਅਪਣਾਉਣ ਦੀ ਤਾਂ ਕਿ ਸਾਡੇ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਜਾ ਸਕੇ। ਗੱਲਬਾਤ ਇਸੇ ਤਰ੍ਹਾਂ ਰਹੂਗੀ ਜਾਰੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਰੂਬਰੂ ਦੇ ਵਿੱਚ। ਸਾਡੇ ਨਾਲ ਜੁੜੇ ਹੋਏ ਨੇ ਅੱਜ ਬਾਈ ਬੱਬੂ ਗੁਰਪਾਲ। ਬ੍ਰੇਕ ਤੋਂ ਬਾਅਦ ਬਾਈ ਤੁਹਾਡਾ ਇੱਕ ਵਾਰੀ ਫਿਰ ਥੈਂਕ ਯੂ। ਇਸ ਸੈਗਮੈਂਟ ਦੇ ਸ਼ੁਰੂਆਤ 'ਤੇ ਨਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਸਮਾਂ ਜਿੱਦਾਂ ਜਿੱਦਾਂ ਬਦਲਦਾ ਹੈ ਨਾ, ਉਸੇ ਤਰ੍ਹਾਂ ਬਦਲਾਅ ਜਿਹੜਾ ਗਾਇਕੀ ਦੇ ਵਿੱਚ ਵੀ ਆਉਣਾ ਸੁਭਾਵਿਕ ਹੈ ਜੀ ਜੀ। ਪਰ ਪਹਿਲਾਂ ਜਦੋਂ ਬਦਲਾਅ ਹੁੰਦਾ ਸੀਗਾ, ਮੇਰੇ ਖਿਆਲ ਉਹ ਚੰਗਾ ਬਦਲਾਅ ਹੁੰਦਾ ਸੀ। ਚਮਕੀਲੇ ਹੋਣਾ ਤੋਂ ਮਾਣਕ ਸਾਹਿਬ ਹੋਣਾ ਤੋਂ ਬਾਅਦ, ਡਿਊਟਾਂ ਤੋਂ ਬਾਅਦ ਮਾਨ ਸਾਹਿਬ ਦਾ ਦੌਰ ਆਇਆ, ਹਰਭਜਨ ਮਾਨ ਹੋਣਾ ਦਾ ਦੌਰ ਆਇਆ। ਮੈਂ ਉਹ ਪੁਰਾਣੇ ਦੌਰ ਨਾਲੋਂ ਮੈਨੂੰ ਲੱਗਦਾ ਉਹ ਦੌਰ ਵਧੀਆ ਸੀਗਾ ਹੈ ਨਾ, ਸੋਲੋ ਗਾਇਕੀ ਆ, ਹਾਲਾਂਕਿ ਗਾਇਕੀ ਖੜ ਕੇ ਗਾਉਣ ਤੋਂ ਨੱਚਣ ਟੱਪਣ ਵਾਲੀ ਬਣ ਗਈ ਸੀ ਹੈ ਨਾ, ਪਰ ਉਹ ਲੋਕਾਂ ਦੇ ਇੰਟਰਟੇਨਮੈਂਟ ਲਈ, ਇੰਜੋਏ ਲਈ ਵਧੀਆ ਹੋ ਗਈ ਹੈ ਨਾ। ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬਦਲਾਅ ਆਇਆ ਹੋਇਆ ਹੈ, ਤੁਹਾਨੂੰ ਨਹੀਂ ਲੱਗਦਾ ਵੀ ਉਹ ਗਾਇਕੀ ਨੂੰ ਨਿਗਾਰ ਵਾਲੇ ਪਾਸੇ ਲੈ ਕੇ ਜਾ ਰਿਹਾ? ਹਾਂਜੀ ਹਾਂਜੀ, ਮੈਂ ਪੂਰਾ ਸਹਿਮਤ ਹਾਂ ਜੀ ਉਹਦੇ ਨਾਲ, ਇਹ ਬਿਲਕੁਲ ਨਿਗਾਰ ਵਾਲੇ ਪਾਸੇ ਲੈ ਕੇ ਜਾ ਰਿਹਾ, ਕਿਉਂਕਿ ਉੱਥੇ ਇੱਕ ਤਾਂ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਪੰਜਾਬ ਦੇ ਅੰਦਰ, ਇਹੀ ਇੱਕੋ ਜ਼ਰੀਆ ਮੁੰਡਿਆਂ ਦੇ ਕੋਲ ਇਸ ਲਾਈਨ 'ਚ ਛੇਤੀ ਅੱਗੇ ਵਧਣ ਦਾ। ਪਤਾ ਨਹੀਂ ਉਹਨਾਂ ਨੂੰ ਚਾਂਸ ਮਿਲਦਾ ਕਿ ਜਾਂ ਨਹੀਂ ਮਿਲਦਾ, ਇਸੇ ਕਰਕੇ ਘਟੀਆ ਗੀਤ ਜਿਹੜੇ ਉਹਨਾਂ ਦੀ ਪੈਦਾਇਸ਼ ਹੋ ਰਹੀ ਹੈ, ਘਟੀਆ ਮੂਵੀਜ਼ ਬਣ ਰਹੀਆਂ ਨੇ, ਹਰ ਕੋਈ ਮਨੀ ਵੇਸਟ ਨਹੀਂ ਕਰਨਾ ਚਾਹੁੰਦਾ, ਉਹ ਚਾਹੁੰਦੇ ਵੀ ਰਾਤੋਂ ਰਾਤ ਸਟਾਰ ਬਣ ਜਾਈਏ ਵੀ ਕਿਸੇ ਨਾ ਕਿਸੇ ਤਰੀਕੇ ਸਾਡਾ ਚੱਲ ਜਾਵੇ ਤਾਂ। ਸੋ ਇਸ ਕਰਕੇ ਉਹਨਾਂ ਨੇ ਉਹ ਜਿਹੜੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਆਪਾਂ, ਉਹਨੂੰ ਪੂਰਾ ਛਿੱਕੇ ਟੰਗਿਆ ਹੋਇਆ ਇਹਨਾਂ ਕੰਮਾਂ ਕਰਕੇ। ਇਹਨਾਂ ਕੰਮਾਂ ਕਰਕੇ ਬਿਲਕੁਲ ਗੱਲ ਤੁਹਾਡੀ ਸਹੀ ਹੈ ਵੀ ਬੇਰੁਜ਼ਗਾਰੀ ਬੜਾ ਵੱਡਾ ਫੈਕਟਰ ਹੈ ਹੈ ਨਾ। ਜੋਬਾਂ ਇੰਡੀਆ ਦੇ ਵਿੱਚ ਕੰਮ ਮਿਲਦੇ ਨੇ ਢੋਲਕੀਆਂ ਜਿੱਥੋਂ ਮਰਜ਼ੀ ਲੈ ਲਓ, ਤਾਂ ਉਹਦੇ ਕਰਕੇ ਕਿਤੇ ਨਾ ਕਿਤੇ ਉਹ ਚੀਜ਼ ਬੜਾ ਮੈਟਰ ਕਰਦੀ ਹੈ ਨਾ। ਅਤੇ ਅੱਜ ਦੇ ਦੌਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਹਰ ਕੋਈ ਸਿੰਗਰ ਬਣਨ ਨੂੰ ਤੁਰਿਆ ਹੋਇਆ, ਜਿਹਨੂੰ ਮਰਜ਼ੀ ਪੁੱਛ ਲਓ ਕਹਿੰਦਾ ਵੀ ਰਿਕਾਰਡਿੰਗ ਹੋ ਗਈ ਬਸ ਹੁਣ ਗਾਣਾ ਰਿਲੀਜ਼ ਕਰਨ ਵਾਲੇ ਹੈ ਨਾ। ਇਹ ਵੱਧਦੀ ਹੋਈ ਕਲਾਕਾਰਾਂ ਦੀ ਜਿਹੜੀ ਗਿਣਤੀ ਹੈ ਨਾ, ਇਹਦੇ ਨਾਲ ਕੀ ਭਵਿੱਖ ਤੁਸੀਂ ਸੋਚਦੇ ਹੋ ਪੰਜਾਬੀ ਗਾਇਕੀ ਦਾ? ਚੰਗੇ ਗਾਇਕ ਵੀ ਆ ਰਹੇ ਨੇ, ਚੰਗੇ ਗਾਇਕ ਵੀ ਹੈਗੇ ਨੇ, ਪਰ ਬਹੁਤ ਥੋੜ੍ਹੇ ਨੇ। ਸੋ ਫਿਊਚਰ ਅਜੇ ਇੰਨਾ ਬ੍ਰਾਈਟ ਨਹੀਂ ਹੈਗਾ, ਹੌਲੀ ਹੌਲੀ ਲੋਕ ਸਿਆਣੇ ਹੋ ਰਹੇ ਨੇ, ਪਰ ਇੱਥੇ ਲੋਕ ਸਿਆਣੇ ਹੋ ਰਹੇ ਨੇ ਬਾਹਰਲੇ ਮੁਲਕਾਂ 'ਚ। ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦਾ ਹੁਣ ਮਾਹੌਲ ਚੱਲ ਰਿਹਾ, ਉੱਥੇ ਇਹਨੂੰ ਬੜਾ ਸਮਾਂ ਲੱਗੇਗਾ ਜੀ, ਇਹਨੂੰ ਚੇਂਜ ਹੋਣ ਲੱਗੇ ਇਸ ਚੀਜ਼ ਨੂੰ। ਇੱਕ ਸਨਮਾਨ ਵਾਲਾ ਗੀਤ ਹੈ ਨਾ ਤੁਹਾਡਾ? ਹਾਂਜੀ ਹਾਂਜੀ, ਕਈ ਚੈਨਲਸ ਵੱਲੋਂ ਅਵਾਰਡ ਰੱਖੇ ਜਾਂਦੇ ਆ, ਬਹੁਤ ਘੱਟ ਸਿੰਗਰ ਆ ਜਿਹੜੇ ਉੱਥੇ ਨਹੀਂ ਜਾਂਦੇ, ਮੋਸਟਲੀ ਜਿਹੜੇ ਸਾਰੇ ਸਿੰਗਰ ਉੱਥੇ ਜਾਂਦੇ ਆ, ਆਪਣੀ ਆਪਣੀ ਪਾਪੂਲੈਰਿਟੀ ਪਈ ਹੁੰਦੀ ਉਹਨਾਂ ਨੂੰ, ਪਰ ਤੁਹਾਨੂੰ ਨਹੀਂ ਲੱਗਦਾ ਵੀ ਇਹ ਸਨਮਾਨ ਆ ਜਾਂ ਇਸ ਤਰ੍ਹਾਂ ਦੇ ਰਿਐਲਿਟੀ ਸ਼ੋਅਜ਼ ਆ ਜਿਹੜੇ ਜਾਂ ਮਿਊਜ਼ਿਕ ਅਵਾਰਡ ਰੱਖੇ ਜਾਂਦੇ, ਇਹ ਵੀ ਸਿਰਫ ਇੱਕ ਡਰਾਮਾ ਅਤੇ ਇੱਕ ਸ਼ੋਸ਼ੇਬਾਜ਼ੀ? ਨਹੀਂ, ਇਹਨੂੰ ਡਰਾਮਾ ਨਹੀਂ ਮੈਂ ਕਹਿੰਦਾ, ਇਹ ਹੋਣੇ ਚਾਹੀਦੇ, ਜਿਹੜੇ ਡਿਜ਼ਰਵਿੰਗ ਕਲਾਕਾਰ ਨੇ ਉਹਨਾਂ ਨੂੰ ਮਿਲਣੇ ਚਾਹੀਦੇ ਆ, ਕਿਉਂਕਿ ਜੇ ਕੋਈ ਚੰਗਾ ਕੰਮ ਕਰੂਗਾ, ਚੰਗਾ ਗੀਤ ਕਰੂਗਾ, ਉਹਨੂੰ ਤੁਸੀਂ ਸਨਮਾਨਿਤ ਕਰੋਗੇ, ਉਹ ਲੋਕ ਦੇਖਣਗੇ ਉਹਨੂੰ, ਉਹ ਹੋਰ ਚੰਗਾ ਕਰੇਗਾ ਅੱਗੇ। ਪਰ ਇਹਦਾ ਮਿਸਯੂਜ਼ ਹੋ ਰਿਹਾ ਨੇ ਚੀਜ਼ਾਂ ਦਾ ਬੜੇ ਵੱਡੇ ਤਰੀਕੇ ਨਾਲ, ਕਿਉਂਕਿ ਉਹ ਫਿਰ ਖਰੀਦੇ ਜਾ ਰਹੇ ਨੇ ਪੈਸੇ ਦੇ ਕੇ, ਅਤੇ ਜਿੰਨੀ ਜ਼ਿਆਦਾ ਤੁਸੀਂ ਐਡ ਦਿੰਦੇ ਹੋ ਚੈਨਲ ਅਵਾਰਡ ਸਨਮਾਨ ਜਿਹੜੇ ਤੁਹਾਨੂੰ ਦਿੰਦੇ ਨੇ, ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹਨਾਂ ਚੀਜ਼ਾਂ ਦਾ ਉਹ ਕਿਸੇ ਨੂੰ ਵੀ ਬੁਲੰਦੀਆਂ ਤੱਕ ਨਹੀਂ ਲੈ ਕੇ ਜਾਂਦੀਆਂ, ਉਹ ਸਗੋਂ ਤੁਹਾਨੂੰ ਪਿੱਛੇ ਨੂੰ ਲੈ ਕੇ ਜਾਂਦੀਆਂ ਇਸ ਚੀਜ਼ਾਂ। ਮੇਰੇ ਖਿਆਲ ਸਰੋਤਿਆਂ ਦਾ ਪਿਆਰ ਆ ਉਹਦਾ ਵੱਡਾ ਕੋਈ ਅਵਾਰਡ ਜਿਹੜਾ? ਬਿਲਕੁਲ ਬਿਲਕੁਲ ਜੀ। ਪੰਜਾਬ ਦੇ ਮੇਲਿਆਂ ਦੀ ਜੇ ਆਪਾਂ ਗੱਲ ਕਰੀਏ, ਪਹਿਲਾਂ ਮੇਲੇ ਹੁੰਦੇ ਸੀਗੇ, ਬੜਾ ਚਾਅ ਹੁੰਦਾ ਸੀ ਮੇਲਿਆਂ 'ਤੇ ਜਾਣ ਦਾ ਹੈ ਨਾ, ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ, ਛਪਾਰ ਦਾ ਮੇਲਾ ਜਾਂ ਹੋਰ ਕਈ ਵੱਡੇ ਵੱਡੇ ਮੇਲੇ ਜਿਹੜੇ ਪੰਜਾਬ ਦੇ ਵਿੱਚ ਅੱਜ ਵੀ ਕਈ ਲੱਗਦੇ ਆ, ਪਰ ਉਹ ਜਿਹੜਾ ਰੰਗ ਰੂਪ ਮੇਲਿਆਂ ਦਾ ਜਿਹੜਾ ਉਹ ਰਹਿ ਨਹੀਂ ਗਿਆ। ਅੱਜ ਕੱਲ੍ਹ ਮੇਲੇ ਵੀ ਉੱਥੇ ਮਾਡਰਨ ਜੇ ਹੋ ਗਏ ਹੈ ਨਾ, ਬਾਹਰਲੇ ਮੁਲਕਾਂ ਵਿੱਚ ਮੇਲੇ ਲੱਗਣੇ ਜ਼ਿਆਦਾ ਆਰੰਭ ਹੋ ਗਏ, ਮੋਹਨ ਸਿੰਘ ਦਾ ਮੇਲਾ ਵੀ ਇੱਥੇ ਸ਼ੁਰੂ ਹੋ ਗਿਆ, ਲਾਲ ਚੰਦ ਜਮਲਾ ਜੱਟ ਜੀ ਦਾ ਮੇਲਾ ਸ਼ੁਰੂ ਹੋ ਗਿਆ, ਇੱਥੋਂ ਦੇ ਮੇਲੇ ਅਤੇ ਉੱਥੋਂ ਦੇ ਮੇਲਿਆਂ ਨੂੰ ਕਿੱਦਾਂ ਤੁਸੀਂ ਦੋਨਾਂ ਨੂੰ ਕੰਪੇਅਰ ਕਰਦੇ? ਉੱਥੇ ਐਕਚੁਅਲੀ ਲੋਕ ਜ਼ਿਆਦਾ ਮਾਡਰਨਾਈਜ਼ ਹੋ ਗਏ ਜੀ, ਹੁਣ ਉਹਨਾਂ ਕੋਲ ਟਾਈਮ ਬਹੁਤ ਘੱਟ ਗਿਆ। ਹਾਂ, ਪਿੰਡਾਂ ਦੇ ਵਿੱਚ ਅਜੇ ਵੀ ਥੋੜ੍ਹੇ ਬਹੁਤ ਉੱਥੇ ਥੋੜ੍ਹੇ ਹੁੰਦੇ ਨੇ, ਇੱਥੇ ਲੋਕ ਇੰਜੋਏ ਹੁਣ ਜ਼ਿਆਦਾ ਕਰਦੇ ਨੇ ਮੇਲਿਆਂ ਨੂੰ, ਇੱਥੇ ਮੇਲੇ ਵੀ ਚੰਗੇ ਹੁੰਦੇ ਨੇ, ਚੰਗੀ ਗੱਲਬਾਤ ਉਹਨਾਂ ਦੇ ਵਿੱਚ ਹੁੰਦੀ ਹੈ, ਕਬੱਡੀ ਦੇ ਮੈਚ ਵੀ ਇੱਥੇ ਲੋਕ ਕਰਾਉਂਦੇ ਨੇ। ਸੋ ਇੱਧਰ ਅਸਲੀ ਪੰਜਾਬ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਹੈ ਮੇਰੇ ਖਿਆਲ ਦੇ ਮੁਤਾਬਕ, ਉੱਥੇ ਹੁਣ ਥੋੜ੍ਹਾ ਜਿਹਾ ਉਲਟੇ ਪਾਸੇ ਨੂੰ ਸ਼ੁਰੂ ਹੋਇਆ।
ਸੋ ਇੱਥੇ ਲੋਕ ਜਿਹੜੇ ਸੱਭਿਆਚਾਰ ਨਾਲ ਜ਼ਿਆਦਾ ਜੁੜੇ ਹੋਏ ਨੇ ਜੀ ਬਿਲਕੁਲ ਗੱਲਾਂ ਬਾਤਾਂ ਦੇ ਨਾਲ ਨਾਲ ਕੋਈ ਨਾ ਕੋਈ ਹੁਣ ਗੀਤ ਜ਼ਰੂਰ ਸੁਣਾਓ ਮੇਰੇ ਖਿਆਲ ਮਾਨ ਸਾਹਿਬ ਦਾ ਜੇ ਕੋਈ ਗੀਤ ਤੁਹਾਡੀ ਆਵਾਜ਼ ਦੇ ਵਿੱਚ ਸੁਣਿਆ ਜਾਵੇ ਤਾਂ ਸਾਰੇ ਦਰਸ਼ਕ ਚਾਹੁੰਦੇ ਇਸ ਤਰ੍ਹਾਂ ਜੀ 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 ਮਾਨ ਸਾਹਿਬ ਦੇ ਗੀਤ ਮੈਂ ਤਕਰੀਬਨ ਸਾਰੇ ਗਾ ਲੈਂਦਾ ਥੋੜ੍ਹੇ ਬਹੁਤ ਮੈਂ ਜਿੰਨਾ ਕੁ ਮੈਂ ਕਰ ਸਕਦਾ ਜੀ ਔਰ ਮੈਂ ਇੱਕ ਗੀਤ ਪੁਰਾਣਾ ਤੁਹਾਡੀ ਨਜ਼ਰ ਕਰਦਾ ਉਹਨਾਂ ਦਾ ਪੀੜ ਪਰੌਣੀ ਨਾ ਤੁਕੇ ਜਦ ਗਮ ਦੀ ਚਰਖੀ ਡਾਵੇ ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕਤੀਂਦੀ ਜਾਵੇ ਕਤੀਂਦੀ ਜਾਵੇ ਪੀੜ ਪਰੌਣੀ ਨਾ ਤੁਕੇ ਜਦ ਗਮ ਦੀ ਚਰਖੀ ਡਾਵੇ ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕਤੀਂਦੀ ਜਾਵੇ ਕਤੀਂਦੀ ਜਾਵੇ ਕਿਆ ਬਾਤ ਥੈਂਕ ਯੂ ਬਹੁਤ ਵਧੀਆ ਮਾਨ ਸਾਹਿਬ ਦੀ ਆਵਾਜ਼ ਜਿਹੜੀ ਹੈ ਹੈ ਨਾ ਤੁਹਾਡੀ ਆਵਾਜ਼ ਕਿਤੇ ਨਾ ਕਿਤੇ ਉਸ ਚੀਜ਼ ਨੂੰ ਟੱਚ ਕਰਦੀ ਹੈ ਤੁਹਾਨੂੰ ਇਹ ਵਧਾਈ ਵੀ ਇਸ ਚੀਜ਼ ਦੀ ਵੀ ਇਹਦੇ ਵੱਡੇ ਸੁਪਰਸਟਾਰ ਦੇ ਨਾਲ ਤੁਹਾਡਾ ਨਾਮ ਆ ਜਿਹੜਾ ਜੋੜਿਆ ਜਾਂਦਾ ਹੈ ਸੋ ਇਹ ਸੁਭਾਗ ਮੇਰੇ ਖਿਆਲ ਤੁਹਾਨੂੰ ਮਹਾਰਾਜ ਦਾ ਬੜਾ ਮੈਂ ਸ਼ੁਕਰਗੁਜ਼ਾਰ ਹਾਂ ਜੀ ਕਿ ਕਿਸੇ ਸ਼ਾਗਿਰਦ ਦੇ ਵਿੱਚੋਂ ਉਸਦੇ ਉਸਤਾਦ ਦੀ ਝਲਕ ਪੈਣੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਜੀ ਔਰ ਉਹਨਾਂ ਕਰਕੇ ਮੇਰਾ ਨਾਮ ਜਿਹੜਾ ਥੋੜ੍ਹਾ ਬਹੁਤ ਚੱਲ ਰਿਹਾ ਜਦ ਤੁਸੀਂ ਪਿਆਰ ਕਰਦੇ ਹੋ ਸਾਰੇ ਜੀ ਸੋ ਬਹੁਤ ਮਹਾਰਾਜ ਦਾ ਬੜਾ ਕਰਮ ਹੈ ਜੀ ਬੱਬੂ ਜੀ ਇੱਥੋਂ ਦੇ ਪ੍ਰੋਗਰਾਮਾਂ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਇੱਥੇ ਕਿਸ ਤਰ੍ਹਾਂ ਦੇ ਸ਼ੋਅਜ਼ ਤੁਸੀਂ ਕਰਦੇ ਹੋ ਅਮੈਰੀਕਾ ਦੇ ਵਿੱਚ ਆਪਾਂ ਖਾਸ ਤੌਰ 'ਤੇ ਜੀ 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 ਇੱਥੇ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਮੇਲੇ ਵੀ ਹੁੰਦੇ ਨੇ ਪ੍ਰੋਗਰਾਮ ਆਪਣੇ ਪ੍ਰਾਈਵੇਟ ਜਾਂ ਜਿੱਥੇ ਜਿੱਥੇ ਵੀ ਲੋਕ ਕਰਾਉਂਦੇ ਨੇ ਜਾਂ ਜਿੱਥੇ ਵੀ ਸਾਨੂੰ ਬੁਲਾਉਂਦੇ ਨੇ ਸਾਡਾ ਆਪਣਾ ਬੈਂਡ ਹੈ ਅਤੇ ਆਪਣਾ ਗਰੁੱਪ ਹੈ ਅਸੀਂ ਉੱਥੇ ਪਹੁੰਚਦੇ ਹਾਂ ਬੇਕਰਸਫੀਲਡ ਦੇ ਵਿੱਚ ਹੋਰ ਕੀ ਬਿਜ਼ਨਸ ਵਗੈਰਾ ਤੁਸੀਂ ਨਾਲ ਕਰਦੇ ਹੋ ਸਾਡੇ ਕੋਲ ਸਾਡਾ ਆਪਣਾ ਹੋਟਲ ਬਿਜ਼ਨਸ ਹੈ ਜੀ ਜੀ ਪਹਿਲਾਂ ਅਸੀਂ ਜਿਵੇਂ ਆਮ ਬੰਦੇ ਆਉਂਦੇ ਆ ਮਿਹਨਤ ਕਿਤੇ ਸਟੋਰਾਂ 'ਤੇ ਕਿਤੇ ਕੰਪਨੀਜ਼ ਦੇ ਵਿੱਚ ਅਤੇ ਹੌਲੀ ਹੌਲੀ ਫਿਰ ਬੰਦਾ ਸਟੈਬਲਿਸ਼ ਹੋ ਜਾਂਦਾ ਇੱਥੇ ਸਾਰੇ ਆਪਾਂ ਇਸ ਤਰ੍ਹਾਂ ਹੀ ਹਾਂ ਬਿਲਕੁਲ ਜੀ ਜੀ ਅਤੇ ਦੋਨੇ ਚੀਜ਼ਾਂ ਨੂੰ ਕਿੱਦਾਂ ਮੈਨੇਜ ਕਰਦੇ ਹੋ ਗਾਇਕੀ ਅਤੇ ਹੋਟਲ ਬਿਜ਼ਨਸ ਗਾਇਕੀ ਬਸ ਹੁਣ ਟਾਈਮ ਕਾਫੀ ਹੋ ਗਿਆ ਇਸ ਲਾਈਨ ਦੇ ਵਿੱਚ ਸੋ ਇਸ ਕਰਕੇ ਹੁਣ ਘਰਦੇ ਵੀ ਇਹਦੇ ਨਾਲ ਮਤਲਬ ਪੂਰਾ ਸਹਿਯੋਗ ਕਰਦੇ ਨੇ ਟਾਈਮ ਕੱਢਣਾ ਤਾਂ ਪੈਂਦਾ ਮਤਲਬ ਕੰਮ ਦੇ ਵਿੱਚੋਂ ਬੱਚਿਆਂ ਦੇ ਵਿੱਚੋਂ ਪਰ ਕਰ ਲਈਦਾ ਮੈਨੇਜ ਹਾਂਜੀ ਜੀ ਅੱਜ ਦੇ ਨੌਜਵਾਨ ਗੀਤਕਾਰਾਂ ਨੂੰ ਜਾਂ ਗਾਇਕਾਂ ਨੂੰ ਜੀ ਜੇ ਬੱਬੂ ਗੁਰਪਾਲ ਕੋਈ ਸਲਾਹ ਦੇਣੀ ਚਾਹੇ ਤਾਂ ਕੀ ਦੇਣਾ ਚਾਹੋ ਨਹੀਂ ਨਹੀਂ ਕੋਈ ਸਲਾਹ ਨਹੀਂ ਸਾਰੇ ਸੂਝਵਾਨ ਹੈ ਜੀ ਸਾਰੇ ਆਪਣੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਤਾਂ ਮੇਰੇ ਖਿਆਲ ਆਪਣਾ ਡਿਸਕਸ਼ਨ ਇੰਨੀ ਜ਼ਿਆਦਾ ਨਾ ਹੁੰਦੀ ਉਹਨਾਂ ਦੀ ਜੀ 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 ਬਸ ਉਹਨਾਂ ਨੂੰ ਮਿਹਨਤ ਮੇਰੇ ਹਿਸਾਬ ਨਾਲ ਕਰਨੀ ਚਾਹੀਦੀ ਹੈ ਚੰਗੀ ਸੋਚ ਚੰਗੀਆਂ ਕਿਤਾਬਾਂ ਚੰਗੇ ਰਾਈਟਰ ਚੰਗੇ ਸ਼ਾਇਰਾਂ ਨੂੰ ਸੁਣਨਾ ਚਾਹੀਦਾ ਇਸ ਤੋਂ ਪਹਿਲਾਂ ਕੋਈ ਪ੍ਰੋਜੈਕਟ ਕਰਦੇ ਆ ਦੇਖਣਾ ਚਾਹੀਦਾ ਕਿ ਚੰਗਾ ਕੀ ਹੈ ਮਾੜਾ ਚੰਗੇ ਮਾੜੇ ਦੀ ਪਰਖ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਫਿਰ ਤੁਸੀਂ ਚੰਗੀ ਗਾਇਕੀ ਚੰਗੇ ਤੁਹਾਡੇ ਵਿਚਾਰ ਚੰਗੀਆਂ ਚੀਜ਼ਾਂ ਬਾਹਰ ਆਉਂਦੀਆਂ ਬਿਲਕੁਲ ਜੀ ਸੋ ਤੁਹਾਡੇ ਨਾਲ ਗੱਲਾਂ ਬਾਤਾਂ ਬਹੁਤ ਵਧੀਆ ਹੋਈਆਂ ਬੜੀਆਂ ਉਸਾਰੂ ਗੱਲਾਂ ਬਾਤਾਂ ਹੋਈਆਂ ਹੈ ਨਾ ਅਤੇ ਪ੍ਰੋਗਰਾਮ ਦਾ ਸਮਾਂ ਘੱਟ ਰਹਿ ਗਿਆ ਅਤੇ ਕੋਈ ਨਾ ਕੋਈ ਗੀਤ ਹੁਣ ਇੱਕ ਹੋਰ ਗੁਣਗੁਣਾ ਕੇ ਸੁਣਾਓ ਅਤੇ ਫਿਰ ਆਪਾਂ ਪ੍ਰੋਗਰਾਮ ਨੂੰ ਰੈਪ ਕਰੀਏ ਠੀਕ ਹੈ ਜੀ ਠੀਕ ਮੈਂ ਸੁਣਾਉਣਾ ਜਿਹੜਾ ਮਤਲਬ ਤੁਸੀਂ ਸੁਣਾਉਣਾ ਚਾਹੁੰਦੇ ਹੋ ਪਰ ਮੈਂ ਉਹਨਾਂ ਨੂੰ ਤੁਹਾਨੂੰ ਕਿਹਾ ਨਹੀਂ ਸੁਣਾਉਣ ਨੂੰ ਕੋਈ ਇੱਦਾਂ ਦਾ ਕੋਈ ਗੀਤ ਹੋਵੇ ਜਿਹੜਾ ਰੂਹ ਦੇ ਨੇੜੇ ਹੋਵੇ ਬਹੁਤ ਓਕੇ ਓਕੇ ਮੈਂ ਸੁਣਾਉਣਾ ਜੀ ਤੁਹਾਨੂੰ ਡੋਲੀ ਚੜ੍ਹਦੇ ਅਮਾਰੀਆਂ ਹੀਰ ਚਿਕਾਂ ਵੇ ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ ਵੇ ਮੈਨੂੰ ਰੱਖ ਲੈ ਅੱਜ ਦੀ ਰਾਤ ਬਾਬਲ ਹੋ ਡੋਲੀ ਕੱਤ ਕੁਹਾਰ ਨੇ ਲੈ ਚੱਲੇ ਤੇਰੀ ਛੱਤਰ ਛਾਵੇਂ ਬਾਬਲ ਰੁੱਖ ਵਾਂਗੂ ਵੇ ਕੜੀ ਵਾਂਗ ਮੁਸਾਫਰਾਂ ਬਹਿ ਚੱਲੇ ਵੇ ਅਸਾਂ ਵਤਨੀ ਆਣ ਕੇ ਖੇਡਣਾ ਈ ਵੇ ਚੰਦ ਰੋਜ਼ ਤੇਰੇ ਘਰ ਰਹਿ ਚੱਲੇ ਵੇ ਕਿਆ ਬਾਤ ਥੈਂਕ ਯੂ ਸੋ ਬਾਈ ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਟਾਈਮ ਦਿੱਤਾ ਬਹੁਤ 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 ਮਿਹਰਬਾਨੀ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਦਰਸ਼ਕੋ ਇਹ ਸੀ ਸਾਡਾ ਅੱਜ ਦਾ ਰੂਬਰੂ ਪ੍ਰੋਗਰਾਮ ਬਾਈ ਬੱਬੂ ਗੁਰਪਾਲ ਹੁਣਾਂ ਦੇ ਨਾਲ
ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਵਾਲੇ ਗਾਇਕ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਬੜੇ ਘੱਟ ਨੇ, ਲੋੜ ਹੈ ਇਸ ਤਰ੍ਹਾਂ ਦੇ ਗਾਇਕਾਂ ਨੂੰ, ਇਸ ਤਰ੍ਹਾਂ ਦੇ ਗੀਤਾਂ ਨੂੰ ਸਲਾਉਣ ਦੀ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੀ ਸੋਚ ਇਸੇ ਤਰ੍ਹਾਂ ਉਸਾਰੂ ਅਤੇ ਚੰਗੀ ਰਹੇ। ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ pgill@globalpunjabtv.com 'ਤੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ, ਰੱਬ ਰੱਖਾ।